أعوذ بالله من الشيطان الرجيم بسم الله الرحمن الرحيم قل إن كنتم تحبون الله فاتبعوني يحببكم الله ويغفر لكم ذنوبكم والله غفور رحيم قل أطيعوا الله والرسول فإن تولوا فإن الله لا يحب الكافرين إِنَّ اللَّهَ اصْطَفَى آدَمَ وَنُوحًا وَآلَ إِبْرَاهِيمَ وَآلَ عِمْرَانَ عَلَى الْعَالَمِينَ ذُرِّيَّةً بَعْضُهَا مِنْ والله سميع عليم صدق الله العظيم جزاك الله احسن حافظ نمان تے ہون نعت لئی ورفانا لك ذکرک نعت اکیڈمی تو تشریف لے آئے ساڈے پرونے عدنان احمد اوراں نوں گزارش کراں گا کہ او نعت مقبول صلی اللہ علیہ وسلم پیش کرے جلوے نے عرش پر شانتے سرکار محمد عربی دے جلوے نے عرش فرشانتے سرکار محمد عربی دے ہر پاس عاشق ویکھ دینے انوار محمد عربی دے ہر پاس عاشق ویکھ دینے انوار محمد عربی دے والفجر جبین وشمس عارض پر کیف نظر مکھڑا تاہا والفجر جبین وشمس عارض پر کیف نظر مکھڑا تاہا ابرو نے کعبہ کو سینا خمدہ ابرو نے کعبہ کو سینا خمدار محمد عربی دے ہتھ پاک ید اللہ لب یوہا ہتھ پاک ید اللہ ہتھ پاک ید اللہ
उमर उस्मान अली जे तू उधर मनी बैठा है ताड़ा बेड़ा पार जे तू उधर मनी बैठा है ताड़ा बेड़ा पार सदके उनानिया अखियां पर जमीन आसमान सदके उनानिया अखियां पर कुल जमीन आसमान कै दसा में कैडे सोने ओ माड़े दिलदार सदके उनानिया अखियां पर कुल जमीन आसमान कै दसा में कैडे सोने ओ माड़े दिलदार जिना कोल जनूरी अच्छन पहले करन सवाल जिना कोल जनूरी अच्छन पहले करन सवाल अल्लाह बाद जिना ना रुतबा ओ माड़े सरकार अल्लाह बाद जिना ना रुतबा ओ माड़े सरकार पढ़ा दुरूद सलाम उना पर सदके बारी जान पढ़ा दुरूद सलाम उना पर सदके बारी जान जिना ना कलमा बट्टे पढ़ने जिना ना रब का खास जिना ना कलमा बट्टे पढ़ने जिना ना रब का खास राती रोज दुरूद पढ़ी ते अखी बंद करा राती रोज दुरूद पढ़ी ते अखी बंद करा सोनिया रब्बा आज करा वो सस्ती दादी दार एसन मती अहमद मुश्तबा ते हुन मैं गुजारिश करांगा जनाब कामरान जहूर वरानू के वो हदिया नाथ पेश करन जनाब कामरान जहूर साहब अर्ज करना कि सदके जावा सोने दी शान सोनी सदके जावा सोने दी शान सोनी बन के आया जो साहिबे हिसाब सोना तासीन हामी मुस्तफा मुरसल मब्बा नूर बस बक्ता जमाल सोना ਉਸੇ ਕਾਪੁਲਾਂ ਦੇ ਰੁਖੇ ਖੂਬ ਉੱਤੇ ਉਸੇ ਕਾਪੁਲਾਂ ਦੇ ਰੁਖੇ ਖੂਬ ਉੱਤੇ ਸੋਹਣੇ ਖਾਲ ਦੇ ਤੱਲੇ ਤੱਕ ਗਾਲ ਸੋਹਣਾ ਅਸ਼ਰ ਸੋਹਣਿਆਂ ਦੇ ਸੋਹਣੇ ਦੋਏ ਪਾਸੇ ਇਹ ਆਵੇ ਸੋਹਣਾ ਉਹ ਬਲਾਕ ਸੋਹਣਾ ਅੱਜ ਕਰਨਾ ਕਿ ਆਕਾ ਆਏ ਉਮੀਦੇ ਆਯਾਤ ਬਣ ਕੇ ਆਕਾ ਆਏ ਉਮੀਦੇ ਆਯਾਤ ਬਣ ਕੇ ਬੇਬਸ ਮਸਕੀਨਾਂ ਦਾ ਦਮ ਮੁੜਿਆ ਆਏ ਸਾਦਕ ਤੇ ਸਿਦਕ ਸਦੀਕ ਠਹਿਰੇ ਆਏ ਅਮੀਨ ਅਮੀਨਾ ਦਾ ਦਮ ਮੁੜਿਆ ਖਾਤਰ ਆਪ ਦੀ ਖਾਤ ਨਸ਼ੀਨ ਜਿਹੜੇ ਉਹਨਾਂ ਦਰਦ ਤਸਕੀਨਾਂ ਦਾ ਦਮ ਮੁੜਿਆ ਦਾਮਨ ਚਾਕ ਜੋ ਅਸ਼ਰ ਬੇਬਾਕ ਸੀਨੇ ਉਹਨਾਂ ਗਮ ਗਮਗੀਨਾਂ ਦਾ ਦਮ ਮੁੜਿਆ ਅਰਜ ਕਰਨਾ ਕਿ ਆਕਾ ਆਏ ਅਵਾਮੀ ਮਜ਼ਾਜ ਅੰਦਰ ਆਕਾ ਆਏ ਅਵਾਮੀ ਮਜ਼ਾਜ ਅੰਦਰ ਅਨਪੜ੍ਹਾਂ ਦੇ ਆਮਾਂ ਦਾ ਦਮ ਮੁੜਿਆ ਐਸਾ ਕੌਣ ਜੋ ਪਤਾ ਅਹਿਵਾਲ ਕਰਦਾ ਹੱਥ ਪੰਜੇ ਸਲਾਮਾਂ ਦਾ ਦਮ ਮੁੜਿਆ ਅਨਪੜ੍ਹਾਂ ਤੇ ਆਮਾਂ ਦਾ ਦਮ ਮੁੜਿਆ ਐਸਾ ਕੌਣ ਜੋ ਪਤਾ ਅਹਿਵਾਲ ਕਰਦਾ ਹੱਥ ਪੰਜੇ ਸਲਾਮਾਂ ਦਾ ਦਮ ਮੁੜਿਆ ਸਾਹਿਬ ਅਮਲ ਜੇ ਠਹਿਰੇ ਤਾਜ਼ੀਮ ਵਾਲੇ ਅਹਿਲੇ ਇਲਮ ਇਮਾਮਾਂ ਦਾ ਦਮ ਮੁੜਿਆ ਦੁਨੀਆ ਰਾਜ ਕਾ ਰਸ਼ਰ ਮਹਿਰਾਜ ਛੋੜੀ ਹੱਥ ਬੰਦੇ ਗੁਲਾਮਾਂ ਦਾ ਦਮ ਅਰਜ਼ ਕਰਨਾ ਕਿ ਆਕਾ ਆਏ ਉਮੀਦੇ ਬਹਾਰ ਬਣ ਕੇ ਆਕਾ ਆਏ ਉਮੀਦੇ ਬਹਾਰ ਬਣ ਕੇ ਬਹਿਕੇ ਗੁਲ ਗੁਲਾਬਾ ਦਾ ਦਮ ਮੁੜਿਆ ਬੇਜ਼ਬਾਨਾਂ ਨੂੰ ਬੋਲੀ ਬੁਲਾਈ ਤਾਈ ਗਿਰੇ ਸ਼ਿਕਵੇ ਜਵਾਬਾ ਦਾ ਦਮ ਮੁੜਿਆ ਗਿਰਿਆ ਗਿਰਿਆ ਜੋ ਗਰਦਸ਼ ਜ਼ਮਾਨਿਆਂ ਦੀ ਉਹਨਾਂ ਅਸ਼ਕ ਸ਼ਬਾਬਾ ਦਾ ਦਮ ਮੁੜਿਆ ਗੋਰਾ ਪੇ ਦੀ ਅਸ਼ਰ ਗੁਨਾਹ ਕਾਲੇ ਚਿੱਟੇ ਚੰਦ ਸਵਾਬਾ ਦਾ ਦਮ ਅਰਜ਼ ਕਰਨਾ ਕਿ ਆਕਾ ਆਏ ਸਖਾਵਤ ਦੀ ਦਹਿਲ ਲੈ ਕੇ ਆਕਾ ਆਏ ਸਹਾਬਤ ਦੀ ਦਹਿਲ ਲੈ ਕੇ ਅਜ਼ਲੀ ਸਾਇਲ ਦਸਤੂਰਾ ਦਾ ਦਮ ਮੁੜਿਆ ਬੇਸਹਾਰਾ ਤੇ ਬਦਨ ਨਹੀਫ ਜਿਹੜੇ
ਉਹਨਾਂ ਮਾਜ਼ਸ ਮਜਬੂਰਾ ਦਾ ਦਮ ਮੁੜਿਆ ਵਾਹ ਵਾਹ ਕੋਈ ਸੁਣੇ ਨਾ ਪੁੱਜੇ ਫਰਿਆਦ ਜਿਸ ਦੀ ਜ਼ਖਮੀ ਜ਼ਖਮੀ ਮਾਜੂਰਾ ਦਾ ਦਮ ਮੁੜਿਆ ਵਾਹ ਵਾਹ ਪਹਿਲੇ ਉਜਰਤ ਦੇ ਖੁਸ਼ਕ ਪਸੀਦੀਆਂ ਥੀ ਅਸ਼ਰ ਜੈ ਮਜ਼ਦੂਰਾ ਦਾ ਦਮ ਵਾਹ ਅਸ਼ਰ ਜੈ ਮਜ਼ਦੂਰਾ ਦਾ ਵਾਹ ਅਸਲਾਮ ਅਲੈਕੁਮ ਸਾਹਿਬ ਸਰ ਦੀ ਇਜਾਜ਼ਤ ਨਾਲ ਤੁਹਾਨੂੰ ਸਭ ਮਹਿਮਾਨ ਨੇ ਖੁਸ਼ੀ ਦੀ ਖਾਸ ਇਜਾਜ਼ਤ ਨਾਲ ਪਹਿਲੇ ਹਮਦੀਆ ਸ਼ਾਹ ਤੋਂ ਪੇਸ਼ ਕਰਾਂਗੇ ਫਿਰ ਨਾਤ ਬਹਾਦੁਰ ਸਰਦਾਰ ਕੋ ਨਾਇਨ ਸਰਦਾਰ ਲਾ ਹੋ ਲੈ ਰਹਾ ਹੈ ਸਲਮ ਤੇ ਰੱਬਾ ਤੇਰੀ ਜ਼ਾਤ ਸੋਹਣੀ ਰੱਬਾ ਤੇਰੀ ਜ਼ਾਤ ਸੋਹਣੀ ਸਾਰੀ ਕਾਇਨਾਤ ਸੋਹਣੀ ਰੱਬਾ ਤੇਰੀ ਜ਼ਾਤ ਸੋਹਣੀ ਸਾਰੀ ਕਾਇਨਾਤ ਸੋਹਣੀ ਜਿਸ ਰਾਤੀ ਮੇਰੇ ਆਕਾ ਆਏ ਜਿਸ ਰਾਤੀ ਮੇਰੇ ਆਕਾ ਆਏ ਸਭ ਰਾਤਾਂ ਤੋਂ ਰਾਤ ਸੋਹਣੀ ਜਿਸ ਰਾਤੀ ਮੇਰੇ ਆਕਾ ਆਏ ਸਭ ਰਾਤਾਂ ਤੋਂ ਰਾਤ ਸੋਹਣੀ ਔਰ ਨਾਤ ਪੇਸ਼ ਕਰਨੀ ਆ ਨਬੀਆਂ ਦੇ ਸੁਲਤਾਨ ਮੁਹੰਮਦ ਨਬੀਆਂ ਦੇ ਸੁਲਤਾਨ ਮੁਹੰਮਦ ਸਾਡੀ ਜਿੰਦ ਤੇ ਜਾਨ ਮੁਹੰਮਦ ਨਬੀਆਂ ਦੇ ਸੁਲਤਾਨ ਭਾਵੇਂ
ਭਾਵੇਂ ਜਿਉਂ ਜਾਵੇ ਵੀ ਪੈ ਸਕਦੇ ਨੇ ਫਿੱਕ ਰੱਬੀ ਮਿਲੇ ਜੇ ਸ਼ਫਾ ਨੂਰੋ ਨੂਰੀ ਹੋਵੇ ਹੀ ਤੇ ਦੋ 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 ਇਹ ਜਿੰਦ ਜਿਵੇਂ ਪੋ ਦੋ 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 ਇਹ ਜਿੰਦ ਜਿਵੇਂ ਪੋ ਲੱਗੀ ਵੱਧ ਤਾਂ ਦੀ ਲੋ ਗਿਆ ਰੱਬ ਦਾ ਮੈਂ ਹੋ ਜਦੋਂ ਅੱਖ ਲੱਗਦੀ ਦਿਲ ਜਾਂਦਾ ਇੱਕ ਲੋ ਤਿੰਨ ਤਿੰਨ ਦਿਨ ਤਿੰਨ 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 ਜੜੇ ਲੰਘ ਗਏ ਨੇ ਦਿਨ ਫਿਰ ਮੁੱਢ ਉਹਨਾਂ ਤੋਂ ਗਿਣ ਛੱਡ ਉਮਰਾਂ ਦੀ ਸਿੰਘ ਅੱਲਾ ਸੋਹਣੇ ਕੋਲੋਂ ਮੰਗ ਨਬੀ ਪਾਕ ਕੋਲੋਂ ਪਿੰਡ ਛੋੜ ਵੰਜ ਦੇਵੇ ਹਾਰ ਕੌਣ ਦੇਂਦਾ ਏ ਉਧਾਰ ਪੱਲੇ ਰਾਹ ਦੀ ਜੇ ਰਾਸ ਦੇਵੇ ਮਨ ਤੇਰਾ ਠਾਰ ਪੰਜ 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 ਹੱਕ ਸੱਚ ਦੀਏ ਗੰਜ ਪੰਜ 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 ਹੱਕ ਸੱਚ ਦੀਏ ਗੰਜ ਛੋੜ ਦੁਨੀਆਂ ਦੇ ਰੰਜ ਦੁਖੀ ਰਾਵਾਂ ਤੇ ਨਾ ਵੰਜ ਤੂੰ ਮਦੀਨੇ ਵੱਲ ਵੇਖ ਕੁਝ ਅੱਖੀਆਂ ਦੇ ਹੰਜ ਛੇ 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 ਤੇਰੇ ਲੈ ਜਾਣੇ ਦੇ ਛੇ 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 ਤੇਰੇ ਲੈ ਜਾਣੇ ਦੇ ਜਦ ਸਿਰ ਪੈਣੀ ਖੇ ਸਾਰੇ ਹੱਡ ਜਾਣੇ ਫੇ ਗੋਰ ਨੇ ਕਣਾ ਜਿਵੇਂ ਪੈਂਦੀ ਕੋਈ ਸੇ ਤੇ ਸੱਤ 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 ਗਈ ਸੋਚ ਏ ਵਗਤ ਸੱਤ 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 ਗਈ ਸੋਚ ਏ ਵਗਤ ਲੱਗੀ ਇਸ਼ਕ ਦੀ ਲੱਤ ਮੈਨੂੰ ਕਿਵੇਂ ਆਵੇ ਮੈਨੂੰ ਮਤ ਮੇਰੇ ਬੁੱਲਾਂ ਉੱਤੇ ਆਏ ਮੇਰੀ ਅੱਖੀਆਂ ਦੇ ਰੱਤ ਤੇ ਅੱਠ 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 ਵੇਖਾਂ ਸਾਵਾਂ ਦਾ ਇਕੱਠ ਇਹ ਜਿੰਦੜੀ ਏ ਪੱਠ ਜਦੂ ਵਜੇ ਇਹਨੂੰ ਲੱਠ ਮੈਂ ਤੂੰ ਰਸੜੀ ਛੁੜਾ ਜਾਣੀ ਅਥਰੀ ਏ ਨੱਠ ਤੇ ਨੋ 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 ਮੈਨੂੰ ਰੱਬ ਦੀ ਏ ਸੋਂ ਛੱਡਾਂ ਸਦਰਾਂ ਦਾ ਮੋਹ ਨਹੀਂ ਕਰਨੀ ਏ ਚੋਂ ਮੇਰੀ ਜ਼ਾਤ ਵੀ ਮਿੱਟੀ ਮੇਰੇ ਸਾਵਾਂ ਚ ਤੇ ਦਸ 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 ਕਦੀ ਚੱਲੇ ਮੇਰਾ ਵਸ ਦਸ 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 ਕਦੀ ਚੱਲੇ ਮੇਰਾ ਵਸ ਪੀਵਾਂ ਹੰਝੂਆਂ ਦੇ ਰਸ ਕਰਾਂ ਬਸ 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 ਛੱਡਾਂ ਦੁਨੀਆਂ ਦੇ ਰੋਲੇ ਤੇ ਮਦੀਨੇ ਜਾਵਾਂ ਬਸ ਇੱਕ ਨਾਲ ਦੇ ਇਸ਼ਾਰੇ ਕੇ ਤਲੀਆਂ ਨੂੰ ਤੇਰੇ ਚੁੰਕੇ ਰੋੜੇ ਵੀ ਲਾਲ ਹੁੰਦੇ ਤਲੀਆਂ ਨੂੰ ਤੇਰੀ ਚੁੰਕੇ ਰੋੜੇ ਵੀ ਲਾਲ ਹੁੰਦੇ ਸਾਰੇ ਫਕੀਰ ਤੇਰੇ ਦਰਦੇ ਕਮਾਲ ਨਜ਼ਰੇ ਕਰਮ ਦਾ ਇਸ਼ਕਾ ਉਹ ਵੀ ਕਮਾਲ ਵੇਖਾਂ ਨਜ਼ਰੇ ਕਰਮ ਦਾ ਇਸ਼ਕਾ ਉਹ ਵੀ ਕਮਾਲ ਵੇਖਾਂ ਹਬਸ਼ੀ ਜੋ ਚਾਹ ਕਰਦੇ ਹਜ਼ਰਤ ਬਿਲਾਲ ਤੈਨੂੰ ਸੁਣਾਵਾਂ ਬੀਬਾ ਇਹ ਨਾਤੇ ਮੁਸਤਫਾਈ ਤੈਨੂੰ ਸੁਣਾਵਾਂ ਬੀਬਾ ਇਹ ਨਾਤੇ ਮੁਸਤਫਾਈ ਨਾਤਾਂ ਦੇ ਸਾਰੇ ਮਿਸਰੇ ਮਿਸਰੀ ਮਿਸਾਲ ਸੀਨਾ ਬੜੇ ਸਫੀਨਾ ਵੇਖਾਂ ਤੇਰਾ ਮਦੀਨਾ ਸੀਨਾ ਬੜੇ ਸਫੀਨਾ ਵੇਖਾਂ ਤੇਰਾ ਮਦੀਨਾ ਅੱਖਾਂ ਦੇ ਸਾਰੇ ਹੰਝੂ ਆਕਾ ਸਵਾਲ ਹੁੰਦੇ ਤੇ ਸ਼ੇਰ ਹੈ ਕਿ ਮੈਂ ਵੀ ਮਦੀਨੇ ਆਵਾਂ ਫਿਰ ਨਾਤ ਇਹ ਸੁਣਾਵਾਂ ਮੈਂ ਵੀ ਮਦੀਨੇ ਆਵਾਂ ਫਿਰ ਨਾਤ ਇਹ ਸੁਣਾਵਾਂ ਮੈਨੂੰ ਇਹ ਲੰਘਦੇ ਵੇਲੇ ਸਦੀਆਂ ਤੇ ਸਾਲ ਹੁੰਦੇ ਤੇ ਸ਼ੇਰ ਹੈ ਕਿ ਕਦਮਾਂ ਨੂੰ ਤੇਰੇ ਚੁੰਮਦਾ ਖਾਕੇ ਮਦੀਨਾ ਬਣ ਕੇ ਕਦਮਾਂ ਨੂੰ ਤੇਰੇ ਚੁੰਮਦਾ ਖਾਕੇ ਮਦੀਨਾ ਬਣ ਕੇ ਰੂਹ ਵੀ ਮੇਰੀ ਮਹਿਕਦੀ ਜਦ ਇਹ ਖਿਆਲ ਹੁੰਦੇ ਤੇ ਉਹ ਨੂਰ ਉਹ ਉਜਾਲਾ ਰਹਿਮਤ ਦਾ ਨਿਤ ਹਵਾਲਾ ਉਹ ਨੂਰ ਉਹ ਉਜਾਲਾ ਰਹਿਮਤ ਦਾ ਨਿਤ ਹਵਾਲਾ ਤੂੰ ਵੀ ਬਸ਼ਰ ਨਿਸ਼ਕਦਾ ਆਕਾ ਜੇ ਨਾਲ ਹੁੰਦੇ ਪੰਜਾਬ ਇਦਾਰਾ ਬਰਾਏ ਜ਼ਬਾਨ ਫਨ ਤੇ ਸਕਾਫਤ ਮਮਨੂਨ ਇਤਨੀ ਖੂਬਸੂਰਤ ਮਹਿਫਿਲ ਸਜਾਈ ਸਾਹਿਬ ਸਰਦਾਰ ਤੁਹਾਡੀ ਇਜਾਜ਼ਤ ਨਾਲ ਮੈਨੂੰ ਇੱਥੇ ਇਹ ਵੀ ਯਾਦ ਹੈ ਕਿ ਮੈਂ ਅੱਖਾਂ ਦੇ ਵਿੱਚ ਕਾਬਾ ਲੈ ਕੇ ਸਜਦੇ ਕਰੀਏ ਇੱਕੋ ਜ਼ਾਤ ਦੇ ਰੱਬ ਸੋਹਣੇ ਦੀ ਸਭ ਤੋਂ ਆਲਾ ਇੱਕੋ ਜ਼ਾਤ ਦੇ ਰੱਬ ਸੋਹਣੇ ਦੀ ਸਭ ਤੋਂ ਆਲਾ ਉਹਦੇ ਨਾਂ ਦੀ ਛਾਵੇਂ ਬਹਿ ਕੇ ਸਜਦੇ ਉਹਦੇ ਨਾਂ ਦੀ ਛਾਵੇਂ ਬਹਿ ਕੇ ਸਜਦੇ ਕਰੀਏ ਤੇ ਸ਼ੇਰ ਮਨਾਇਦਾ ਕਰੋ ਕਿ ਥਰ ਥਰ ਕੰਮੇ ਦਿਲ ਵੀ ਜਾਂ ਵੀ ਡਰ ਡਰ ਜਾਵੇ ਥਰ ਥਰ ਕੰਮੇ ਦਿਲ ਵੀ ਜਾਂ ਵੀ
डर जावे उच्ची थां ते नीवे रह के सिंह क्या क्या लिखाई मसल लिखाई क्या कहते बहुत अच्छा फिर सुना दो वाह थर कम में दिल भी जावी डर जावे वाह थर कम में दिल भी जावी डर जावे उच्ची थां ते नीवे रह के सिंह वाह उच्ची थां ते नीवे रह के सिंह वाह बहुत अच्छा एक ताज़ा नाद दे शाम में पेश कर रहे हैं सब नबीदा जिक्र में नुसरत सदा विर्दे ज़बान रखा नबीदा जिक्र में नुसरत सदा विर्दे ज़बान रखा मैं अपने दिल दी नगरी नू हमेशा शादमान रखा मैं अपने दिल दी नगरी नू हमेशा शादमान रखा खुदाया वास्ता सरकार दो आलम दी हस्ती दा खुदाया वास्ता सरकार दो आलम दी हस्ती दा उन्हा दी मदहा खानी नू मैं अपना साहिबान रखा उन्हा दी मदहा खानी नू मैं अपना साहिबान रखा ते शेर देखो कि मोहम्मद मुस्तफा सल्लल्लाहु अलैहि जाते वाला नू मोहम्मद मुस्तफा सल्लल्लाहु अलैहि जाते वाला नू जमीने जिंदगानी दा में अपनी आसमां रखा जमीने जिंदगानी दा में अपनी आसमां रखा ते कोई मुश्किल ना रा रोके परेशानी ना रा रोके कोई मुश्किल ना रा रोके परेशानी नरार के दरूदे पाक नू में ता हयाती पास बार मोहम्मद मुस्तफा सल्ले अलादी जाते वाला नू मोहम्मद मुस्तफा दे मोहम्मद मुस्तफा सल्ले अलादी जाते वाला नू जमीने जिंदगानी दा में अपनी आसमां रखा ते मिनक्षे पाए सालारे नबुवत ते सदा टुरके मिनक्षे पाए सालारे नबुवत ते सदा टुरके ए दुनिया कामरा रखा ओ दुनिया कामरा मिनक्षे पाए सालारे नबुवत ते सदा टुरके ए दुनिया कामरा रखा ओ दुनिया कामरा रखा संभालेंगे मेरी कश्ती मेरे आका मेरे मौला संभालेंगे मेरी कश्ती मेरे आका मेरे मौला उना दे इश्क नू हरदम में अपना बादमा रखा बहुत अच्छी उना दे इश्क नू हरदम में अपना बादमा रखा ते पसीने दे मेरे आका दी खुशबू सब तो सोनी पसीने दे मेरे आका दी खुशबू सब तो सोनी है मैं इस खुशबू दे सदके दिल नू अपना गुल सिता रखा मैं इस खुशबू दे सदके दिल नू अपने गुल सिता रखा ते बना के ताज ना लेने मुबारक दा सदा सर ते बना के ताज ना लेने मुबारक दा सदा सर ते शहंशाह रिसालत दी मोहब्बत दा निशान रखा नवाज़िश बना के ताज ना लेने मुबारक दा सदा सर ते शहंशाह रिसालत दी मोहब्बत दा निशान रखा सजावा सीरते सरदार आजम दे दिए दिल विच सजावा सीरते सरदार आलम दे दिए दिल विच ते अपने दिल दी दुनिया नू मिसाले कहकशां रखा ते अपने दिल दी दुनिया नू मिसाले कहकशां रखा सजावा सीरते सरदार आजम दे दिए दिल विच ते अपने दिल दी दुनिया नू मिसाले कहकशां रखा मत्ता पेश कर रहे हैं सर के यकीनन मिदहते आका कराएगी मेरी बख्शिश यकीनन मिदहते आका कराएगी मेरी बख्शिश यकीन तो वत के मैं नुसरत यही अपना गुमान रखा यकीनन मिदहते आका कराएगी मेरी बख्शिश यकीन तो वत के मैं नुसरत यही अपना गुमान रखा नबीदा जिक्र में नुसरत सदा विरदे जुबान रखा मैं अपने दिल दी नगरी नू हमेशा शादमान रखा मैं कीवे लिखा तेरी हमदो सना
मैं कीवे लिखा तेरी हमद ओ सना सल्ले अला सल्ले अला मैं कीवे लिखा तेरी हमद ओ सना सल्ले अला सल्ले अला तेरे वर्गा दाता मेरे जगदा सल्ले अला बहुत अच्छे सल्ले तेरे वर्गा दाता मेरे जगदा सल्ले अला चारों चफेरे ज़िया हो गई चारों चफेरे ज़िया हो गई तेरा नाम लिता ते शिफा हो गई चारों चफेरे ज़िया हो गई तेरा नाम लिता ते शिफा हो गई तेरी जाते अक्दस जे नूरे खुदा सल्ले अला बहुत अच्छे सल्ले अला तेरी झोली इमामत जो पाई गई शिफा तेरे नाम लाई गई तेरी झोली इमामत पाई गई शिफा तेरे नाम लाई गई तू खैरुल बशर तू ही तू खैरुल वरा सल्ले अला सल्ले अला जिसदी गवाही च कुरान बोलदा जिसदी गवाही च कुरान बोलदा जमीन बोलदी आसमान बोलदा जिसदी गवाही कुरान बोलदा जमीन बोलदी आसमान बोलदा जेड़ा वजह तखली के अर्जो समा सल्ले अला सल्ले अला तेरे दर्दी मंगती सदाई जावा तेरे दर्दी मंगती सदाई जावा तेरे दर्दी मंगती सदाई जावा कदी ते मदीने बुलाई जावा तेरे दर्दी मंगती सदाई जावा कदी ते मदीने बुलाई जावा हो साकी ए कौसर जे मैं वल निगा सल्ले अला सल्ले अला मैं कीवे लिखा तेरी हमदो सना सल्ले अला सल्ले अला तेरे वर्गा दाता मेरे जगदा सल्ले अला सल्ले अला खादम कुल संसार नबीदा खातम कुल संसार नबीदा आशक ते हुबदार नबीदा खातम कुल संसार नबीदा आशक ते हुबदार नबीदा मंजर रख तू जान न देवा मंजर रख तू जान न देवा होवे जे दीदार नबीदा मंजर रख तू जान न देवा मंजर अब तू जान न देवा होवे जे दीदार नबीदा ते अल्लाह नूमी ताई मनिया अल्लाह नूमी ताई मनिया कीता जा इकरार नबीदा ताई मनिया अल्लाह नूमी ताई मनिया कीता जा इकरार नबीदा ते दिल दी ऐ हो हसरत मोला दिल दी ऐ हो हसरत मोला वेखा मैं दरबार नबीदा दिल दी ऐ हो हसरत मोला वेखा मैं दरबार नबीदा कुदसी जिसते दर्दे नौकर कुदसी जिसते दर्दे नौकर आला हो घरबार नबीदा कुछ भी रिफत और ना मंगे कुछ भी रिफत और न मंगे लब्बे जेकर प्यार नबीदा कुछ भी रिफत और न मंगे लब्बे जेकर प्यार नबीदा खादम कुल संसार नबीदा आशक ते हुबदार नबीदा सब पहलू
क्लार्क ने बीबी साहिबा और डायरेक्टर साहब ना शुक्रिया जिन्ना पंजाब खिता पटवार ने शायर की आज कथा की था और असा सारे की रली मिली कलाम पेश करने का मौका दिया। नात ने चंद शेर पेश करना। बिस्मिल्लाह। सोहनी सीरत सोहनी सूरत सोहना है किरदार। सोहनी सीरत सोहनी सूरत सोहना है किरदार। बाद खुदा ने उच्चे सब तो नबिया ने सरदार। सोहनी सीरत सोहनी सूरत सोहना है किरदार। बाद खुदा ने उच्चे सब तो नबिया ने सरदार। आप आए थे बंदियां की रब दी हुई पहचान। आप आए थे बंदियां की रब दी हुई पहचान। चौं पासे खिड़पे खुशियां आसा ने गुजार। आप आए थे बंदियां की रब दी हुई पहचान। चौं पासे खिड़पे खुशियां आसा ने गुजार। चानन होए दिल ने बेड़े नेरे होए दूर। चानन होए दिल ने बेड़े नेरे होए दूर। नूरे हक ना जलवा दसिया जिस वेले सरकार। उसनी किस्मत समरी जैसी दोए जहाना अंदर। उसनी किस्मत समरी जैसी दोए जहाना अंदर। पाक नबी ना मिलिया यारो जिस बंदे की प्यार। दुनिया कह ये उसने अगे जिसकी उब नबी नी। दुनिया कह ये उसने अगे जिसकी उब नबी नी। जिस दिल अंदर इश्क नबीना बेड़ा उसना पार। दुनिया कह ये उसने अगे जिसकी हुब नबीनी। जिस दिल अंदर इश्क नबीनी बेड़ा उसना पार। माड़े दिल नी की है ख्वाहिश अब तोड़ चढ़े। माड़े दिल नी की है ख्वाहिश अब तोड़ चढ़े। सोने दर्द है कमली आले सदन में सवार। सोनी सीरत सोनी सूरत सोना है किरदार। बाद खुदा ने उच्चे सब तो नबिया ने सरदार। बस एक और नात ने कुछ शेर पेश कर सन। जिक्र नबीना जारी रहना जेड़े जेड़े पासे जां। जिक्र नबीना जारी रहना जेड़े जेड़े पासे जां। नाम है मोहम्मद सब तो सोना इस तो सोना केड़ा नाम। जिक्र नबीना जारी रहना जेड़े जेड़े पासे जां। नाम है मोहम्मद सब तो सोना इस तो सोना केड़ा नाम। जुल्म अनेरे भी मुक गए ते सुख ना सा भी मिलिया है। जुल्म अनेरे भी मुक गए ते सुख ना सा भी मिलिया है। सोने काली कमली आले कीती साड़े सिर ते छां। उब नबीनी जेड़े रखने लोक मुरादा पाने ने। उब नबीनी जेड़े रखने लोक मुरादा पाने ने। पाक मदीने मैं भी गच्छां अपने दिल दी मैं भी पां। उब नबीनी जेड़े रखने लोक मुरादा पाने ने। पाक मदीने मैं भी गच्छां अपने दिल दी मैं भी पां। शहर मदीने गच्छां जिथे सोने रोज नजारे ने। शहर मदीने गच्छां जिथे सोने रोज नजारे ने। गुंबद खजरा रंग रंग तखां चुम चुम जारी सीने ला। उस धरती ते किस्मत आले सारे दसने पे। उस धरती ते किस्मत आले सारे अब दसने पे। अस कदै जे पूरी होवे मैं भी उठे फेरा पां। जिक्र नबीना जारी रहना जेड़े जेड़े पासे जां। नाम है मोहम्मद सब तो सोना इस तो सोना। नात के तीन शेर के खौफ मिकी नी कोई आल दवाले ना। वाह वाह। खौफ मिकी नी कोई आल दवाले ना। वाह। क्यों जे उमती मैं कमी आले। वाह वाह वाह। खौफ मिकी नी कोई आल दवाले ना क्यों जे उमती मैं कमी आले ना। तो ओ आए ते कमजोरा नी बाह बढ़ते। वाह वाह। ओ आए ते कमजोरा नी बाह बढ़ते जेड़े टड्ढे से बाह पकड़ी छाले ना। तारीफ ना सौदा कीता मैं दुनिया पासों में ये बेला कीता। वाह वाह।
आका ने तारीफ का सौदा किया मैं दुनिया पासू एदर बेला किया मैं ते गल छिड़ी ते यक छड़का किया मैं दुआरी ने खालस तरनी गल छिड़ी ते यक छड़का किया मैं जिक्र उना ना मिसरा मिसरा किया मैं गल छिड़ी ते यक छड़का किया मैं जिक्र उना ना मिसरा मिसरा किया मैं ते पड़ी पड़ी ते नाता भेजिया उस पास है पड़ी पड़ी ता नाता भेजिया उस पास है लफ्जा की दिल खोली शीरा कीता मैं पड़ी पड़ी ता नाता भेजिया उस पास है लफ्जा की दिल खोली शीरा कीता मैं त सिफता पाक नबी निया कीतिया अखरा विच सिफता पाक नबी निया कीतिया अखरा विच ਇਹ ਕੰਮ ਸਾ ਜੜਾ ਚੰਗਾ ਕੀਤਾ ਮੈਂ ਸਿਫਤਾਂ ਪਾਕ ਨਬੀ ਨੇ ਕੀਤੀਆਂ ਅਖਰਾਂ ਵਿੱਚ ਸਿਫਤਾਂ ਪਾਕ ਨਬੀ ਨੇ ਕੀਤੀਆਂ ਅਖਰਾਂ ਵਿੱਚ ਇਹ ਕੰਮ ਸਾ ਜੜਾ ਚੰਗਾ ਕੀਤਾ ਮੈਂ ਤਾਂ ਪਾਕ ਨਬੀ ਨੇ ਯਾਦ ਨੇ ਮੋਤੀ ਰੱਖਣੇ ਤਾਈ ਪਾਕ ਨਬੀ ਨੇ ਯਾਦ ਨੇ ਮੋਤੀ ਰੱਖਣੇ ਤਾਈ ਆਪਣੇ ਦਿਲ ਨਾਲ ਭਾਂਡਾ ਸਖਣਾ ਕੀਤਾ ਮੈਂ ਪਾਕ ਨਬੀ ਨੇ ਯਾਦ ਨੇ ਮੋਤੀ ਰੱਖਣੇ ਤਾਈ ਆਪਣੇ ਦਿਲ ਨਾਲ ਭਾਂਡਾ ਸਫਣਾ ਕੀਤਾ ਮੈਂ ਤਾਂ ਰੱਬ ਰਾਜ਼ੀ ਹੋਣਾ ਇਸ ਪਾਕ ਵਸੀਲੇ ਨਾਲ ਇਹ ਸੋਚੀ ਉਹ ਪਾਕ ਵਸੀਲਾ ਕੀਤਾ ਮੈਂ ਤਾਂ ਜਿਸਲੇ ਪਾਕ ਨਬੀ ਨੇ ਵਸਫ ਲਿਖੇ ਵਾਸਫ ਫਿਰ ਕਦੇ ਨੀ ਲਫ਼ਜ਼ ਨਾ ਸਰਫਾ ਕੀਤਾ ਮੈਂ ਪੜੀ ਪੜੀ ਤੇ ਨਾਤਾਂ ਭੇਜੀਆਂ ਉਸ ਪਾਸੇ ਲਫ਼ਜ਼ਾਂ ਕੀ ਦਿਲ ਖੋਲੀ ਸ਼ੀਰਾ ਕੀਤਾ ਮੈਂ ਥੋੜਾ ਜਿਹਾ ਤਾਰਫ ਕਰਾਉਣਾ ਚਾਹਾਂਗਾ ਕਿ ਜਿਹੜੀ ਮੈਂ ਹੁਣ ਨਜ਼ਮ ਤੁਹਾਨੂੰ ਸੁਣਾ ਰਿਹਾ ਇਸ ਨਜ਼ਮ ਨਾਤੀਆਂ ਨਜ਼ਮ ਸੁਣਾ ਰਿਹਾ ਉਸ ਲਿਖਣੇ ਤੋਂ ਬਾਅਦ ਮੈਨੂੰ ਨਬੀ ਪਾਕ ਖਾਬ ਵਿੱਚ ਆਏ ਔਰ ਉਹਦਾ ਮੈਂ ਚਾਰ ਮਿਸਰੇ ਨਾਤ ਦੇ ਆਖਰੀ ਸੁਣਾਵਾਂ ਔਰ ਇਹ ਮੇਰਾ ਬਹੁਤ ਵੱਡਾ ਮੁਕੱਦਰ ਹੈ ਕਿ ਜਿਹੜੀ ਮੈਂ ਗੱਲ ਕਰ ਰਿਹਾ ਕਿ ਮੈਂ ਖਵਾਹਿਸ਼ ਕੀਤੀ ਸੀ ਸਰ ਸਾਹਿਬ ਸਰ ਮੇਰਾ ਵੀਜ਼ਾ ਵੀ ਆਵੇਗਾ ਮਦੀਨੇ ਮੈਂ ਵੀ ਜਾਵਾਂਗਾ ਜ਼ਖਮ ਸਾਰੇ ਵਖਾਵਾਂਗਾ ਨਬੀ ਨੂੰ ਅਰਜ਼ ਕਰਨਾ ਹੈ ਮੇਰੇ ਅਮਾਲ ਜਿੰਨੇ ਨੇ ਉਹ ਸਾਰੇ ਹੱਦ ਤੋਂ ਕਾਲੇ ਨੇ ਮੇਰੇ ਸਭ ਗੁਨਾਹਾਂ ਨੂੰ ਤੁਸੀਂ ਮਾਫ਼ ਫਰਮਾਓ ਤੁਸੀਂ ਉਹ ਰਹਿਮਤ ਆਲਮ ਮੇਰਾ ਕੋਈ ਵੀ ਆਪਣਾ ਨਹੀਂ ਸਵਾ ਤੁਹਾਡੇ ਰਸੂਲ ਅੱਲਾਹ ਅਲੀ ਦਾ ਵਾਸਤਾ ਤੁਹਾਨੂੰ ਮੈਨੂੰ ਅੱਗ ਤੋਂ ਬਚਾ ਲੈਣਾ ਬਸ਼ਰ ਦੇ ਦਿਨ ਮੇਰੀ ਇੱਜ਼ਤ ਬਚਾ ਲੈਣਾ ਮੇਰੀ ਇੱਕ ਹੋਰ ਅਰਜ਼ੀ ਏ ਮੇਰੇ ਵੀਜ਼ੇ ਦੀ ਮੁੱਦਤ ਨੂੰ ਵਧਾ ਦੇਵੋ ਮੈਨੂੰ ਮਦੀਨੇ ਦੀ ਮਿੱਟੀ ਰਾਸ ਆ ਜਾਵੇ ਬਸ ਇੰਨੀ ਜੀ ਗੁਜ਼ਾਰਿਸ਼ ਏ ਮੈਂ ਵਾਪਸ ਘਰ ਨਹੀਂ ਜਾਣਾ ਇਹ ਮੈਂ ਅਰਜ਼ੀ ਕੀਤੀ ਉਸ ਤੋਂ ਬਾਅਦ ਮੈਨੂੰ ਅਤਾ ਹੋਏ ਖਾਬ ਵਿੱਚ ਮੇਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਔਰ ਉਹਦਾ ਦੇ ਬਾਰੇ ਮੈਂ ਫਿਰ ਚਾਰ ਦੋ ਸ਼ੇਰ ਲਿਖੇ ਨੇ ਮਦੀਨੇ ਦੀਆਂ ਗਲੀਆਂ ਲੋਕਾਂ ਤੇ ਮਦੀਨੇ ਦੀਆਂ ਗਲੀਆਂ ਨੇ ਤੱਕੀਆਂ ਅਸਾਂ ਤੇ ਮਦੀਨੇ ਵਾਲਾ ਆਪ ਅੱਖੀ ਤੱਕਿਆ ਲੋਕਾਂ ਤੇ ਮਦੀਨੇ ਦੀਆਂ ਗਲੀਆਂ ਨੇ ਤੱਕੀਆਂ ਅਸਾਂ ਤੇ ਮਦੀਨੇ ਵਾਲਾ ਆਪ ਅੱਖੀ ਤੱਕਿਆ ਗਮਾਂ ਵਾਲੀ ਪੂੰਜੀ ਮੇਰੇ ਹੱਥ ਵਿੱਚੋਂ ਲੈ ਕੇ
ਗਮਾਂ ਵਾਲੀ ਪੂੰਜੀ ਮੇਰੇ ਹੱਥ ਵਿੱਚੋਂ ਲੈ ਕੇ ਖੁਸ਼ੀਆਂ ਦਾ ਤਾਜ ਮੇਰੇ ਸਿਰ ਉੱਤੇ ਰੱਖਿਆ ਖੁਸ਼ੀਆਂ ਦਾ ਤਾਜ ਮੇਰੇ ਸਿਰ ਉੱਤੇ ਰੱਖਿਆ ਬਹੁਤ ਸ਼ੁਕਰ ਜੀ ਮੈਂ और कमा वाली पूंजी मेरे हाथ विचो लै के खुशियां दा ताज मेरे सिर उत्ते रखे चंद शार बहादुर सबे को पहले पंजाबी विच सदरां दी जागीर मुहम्मद सदरां दी जागीर मुहम्मद सोचां दी तनवीर मुहम्मद सदरां दी जागीर मुहम्मद सोचां दी तनवीर मुहम्मद ते दिल दा चानण प्यार नबी दा अखियां विच तस्वीर मुहम्मद दिल दा चानण प्यार नबी दा अखियां विच तस्वीर मुहम्मद ते लाचारां दा चारा अखां लाचारां दा चारा अखां दर्दां विच अक्सीर मुहम्मद लाचारां दा चारा अखां दर्दां विच अक्सीर मुहम्मद ते रब दा आखा ए कुरान रब दा आखा ए कुरान जिस दी सब तफसीर रब दा आखा ए कुरान जिस दी सब तफसीर अजला तू सदियां दा मान वेले दी तौकीर मुहम्मद अजला तू सदियां दा मान वेले दी तौकीर मुहम्मद क्या कहने इन्ना वादी आयत बोले सब दी सब तदहीर मुहम्मद पटवारी जी बिस्मिल्लाह के नाता ने मोती पे लश्कण खोले सदफ ख्याला नाता ने मोती पे लश्कण खोले सदफ ख्याला करम ताड़े ना पढ़ने बिछने सारे हर्फ मुशाला नाता ने मोती पे लश्कण खोले सदफ ख्याला ताड़े करम ताड़े नाल बनने गशने सारे हर मिशाला आका कद बख्ता चानल दिल ने बेड़े बरसी आका कद बख्ताना चानन दिल ने बेड़े बरसी किचरे तोड़ी मेने रे विच अपने अथरू वाला आका कद बख्ताना चानन दिल ने बेड़े बरसी किचरे तोड़ी मैंने रे विच अपने अथरू वाला ओ रब्बा दे इस्तानी छतरी पाक नबी ना सदका रब्बा दे इस्तानी छतरी पाक नबी ना सदका तेज बलूने आके रब आया किस रे पाक किस वाला रब्बा दे इस्तानी छतरी पाक नबी ना सदका तेज बलूने आके रब आया किस रे पाक किस वाला ते हाथ नपी के गम ने खोबियो कड्डो पाक नबी जी हाथ नपी के गम ने खोबियो कड्डो पाक नबी जी मैं कमजोर कलसर बंदा ਫਸਿਆ ਵਿੱਚ ਜਿਗਾਲਾ ਵਾਹ ਵਾਹ ਮੇਰੇ ਕਮਜ਼ੋਰ ਤੇ ਅਸਰ ਬੰਦਾ ਫਸਿਆ ਵਿੱਚ ਜਿਗਾਲਾ ਤੇ ਜੇ ਨਾ ਪਾਕ ਮਦੀਨੇ ਵਾਲੇ ਰਹਿਮਤ ਨਾ ਦਰ ਖੋਲਣ ਵਾਹ ਵਾਹ ਜੇ ਨਾ ਪਾਕ ਮਦੀਨੇ ਵਾਲੇ ਰਹਿਮਤ ਨਾ ਦਰ ਖੋਲਣ ਮੇ ਲੇਖਾਨੀ ਸਖਤੀ ਸਾਕਬ ਕਲਿਓ ਕਿਸ ਦੇ ਟਾਲਾ ਵਾਹ ਵਾਹ ਕੀ ਬਾਤ ਹੈ ਮਾਸ਼ਾਅੱਲਾ ਹੁਣ ਚੋਬਿਸਰਾ ਕਿ ਅਸ਼ ਫਰਸ਼ ਤੇ ਜਿਹੜਾ ਸੁਲਤਾਨ ਬਣਿਆ
अर्श फर्श ते जेड़ा सुल्तान बनया इको नबी ये नबियां गलेरिया विच हाय हाय क्या बात अर्श फर्श ते जेड़ा सुल्तान बनया इको नबी ये नबियां गलेरिया विच उस दे इश्क विच वादे नसीम मस्त है सुबह अजल दे रोशन सवेरियां उस दे इश्क विच वादे नसीम मस्त है सुबह अजल दे रोशन सवेरियां विच और जिस ते मुखड़े दी दाट लाल जग रोशन सच दा सूरज जेड़ा अनेरियां विच उस ते अलम दे साए जरूर साकब रोज़े मैशर मोहम्मद दे के रियां विच तुहाडी इजाजत नाल आ चुके हज़रत अली अलैहि सलाम इशादत करदे ने इजाजत दे एक चौबिस्ता जी बिस्मिल्लाह साहिब सदर इजाजत दे ओ बे अली जे सावां दे नाल हो जाए उबे अली जे सावा दे नाल हो जाए सरे दश्ते हयात फिर गम केड़ा उबे अली जे सावा दे नाल हो जाए सरे दश्ते हयात फिर गम केड़ा सुख जाए जे गुलशन मुवद्दतां दा फुल्ला कलियां दे लवा ते नम केड़ा सुख जाए ते गुलशन मुवद्दतां दा फुल्ला कलियां दे लवा ते नम केड़ा हर एक सा ना अली दा ना सोरे दम हस्ती दे दम विच दम केड़ा साकब फकर फकीरां दे लबां उते अली कली करना और काम केड़ा सब तो पहले तो मैं शुक्रिया अदा करांगा पंजाब इदारा बराए ज़बान फन ते सकाफत के इस मुबारक महीने दी मुनासबत दे हवाले उन्होंने बाबा कार ते मुकद्दस नाटके महफिल दा इहतमाम कीता ਸਾਨੂੰ ਇਹ ਸਾਡੀ ਭਗਤੀ ਤੇ ਆਪਣੇ ਆਸਾਂ ਦੇ ਲਈ ਨਾਲ ਇਸ ਕਰੀ ਮਸਾਲਾ ਜਲਸਾ ਉਹ ਤਾਜ਼ਾ ਨਾਤ ਸਾਡਾ ਨਾਲ ਦੇ ਔਜੇ ਰਸਾਲਤ ਮੈਂ ਕੀ ਦੱਸਾਂ ਔਜੇ ਰਸਾਲਤ ਮੈਂ ਕੀ ਦੱਸਾਂ ਮੈਂ ਕੀ ਔਜੇ ਰਸਾਲਤ ਮੈਂ ਕੀ ਦੱਸਾਂ ਉਸ ਦੀ ਅਜ਼ਮਤ ਮੈਂ ਕੀ ਦੱਸਾਂ ਵਾਹ ਔਜੇ ਰਸਾਲਤ ਮੈਂ ਕੀ ਦੱਸਾਂ ਵਾਹ ਉਸ ਦੀ ਅਜ਼ਮਤ ਮੈਂ ਕੀ ਦੱਸਾਂ ਅੱਖਾਂ ਵਿੱਚ ਰੌਦੇ ਦੀ ਜਾਲੀ ਵਾਹ ਵਾਹ ਅੱਖਾਂ ਵਿੱਚ ਰੌਦੇ ਦੀ ਜਾਲੀ ਵਾਹ ਆਪਣੀ ਹਸਰਤ ਮੈਂ ਕੀ ਦੱਸਾਂ ਸੁਭਾਨ ਅੱਲਾਹ ਵਾਹ ਅੱਖਾਂ ਵਿੱਚ ਰੌਦੇ ਦੀ ਜਾਲੀ ਵਾਹ ਕੀ ਅੱਛਾ ਆਪਣੀ ਹਸਰਤ ਮੈਂ ਕੀ ਦੱਸਾਂ ਵਾਹ ਵਾਹ ਗਲੀਆਂ ਰੋਵਣ ਮੇਰੇ ਅਥਰੂ ਵਾਹ ਵਾਹ ਗਲੀਆਂ ਰੋਵਣ ਮੇਰੇ ਅਥਰੂ ਵਾਹ ਦਿਲ ਦੀ ਹਾਲਤ अपनी आफत मैं की मैथों वादो बेती मेरा अपनी आफत मैं की दसा बिन मंगिया ओ देवे मैनू बिन मंगिया ओ देवे मैनू अपनी हाजत बिन मंगिया ओ देवे मैनू क्या कहने क्या क्या बिन मंगिया ओ देवे मैनू अपनी हाजत मैं की दसा आल औलाद असबाब लुटाया आल औलाद असबाब लुटाया होर सखावत हिजरत नाथ नबी दी लिखदिया होया अपनी हालत रब ने जिनू महबूब बनाया रब ने जिनू महबूब बनाया उसकी अजमत मैं की दसा रब ने जिनू महबूब बनाया उसकी अजमत मैं की दसा अखां विच रौदे दी जाली अपनी हसरत मैं की दसा क्या कहने सर जरा वो
नफियत को बिसरे जब कदी भी मिले इशारा अर्जा दी मंजूरी दा जद कदी भी मिले इशारा अर्जा दी मंजूरी दा दिल दा शीशा दूरी विच भी दसे रंग हजूरी जद कदी भी मिले इशारा अर्जा दी मंजूरी दा दिल दा शीशा दूरी विच भी दसे रंग हजूरी दा अर्श ते फर्श दे चेहरे सारे अकल नुखुटी पाए अर्श ते फर्श दे चेहरे सारे अकल नुखुटी पाए इश्क दी लौ विच रहंदा कोई फर्क ना फाकी दूरी दा मैं हां मंगता उस गली दा दर ना वेखा छावां मेरियां अखां दा चानण खाका ओदियां रावां मिटियो मिट्टी होके भी मैं दम दम ओदी रों विच रावां तां ना मुके ओदी भावे सौदा मुक जाए सावां मैं हां मंगता उस गली दा दर ना वेखा छावां दा मेरिया अखां दा चानण खाका ओदियां रावां दा मिटियो मिट्टी होके भी मैं दम दम ओदी रों विच रां तांग ना मुके ओदी भावे सौदा मुक जाए सावां दा आप दी हिजरत सोच के भोरा भोरा भोरदा रहना मैं खाबा विच काबे वल्लों तैबा टुरदा रहना आपकी हिजरत सोच के मैं खाबा विच काबे वल्लों तैबा टुरदा रहना किन्नी देर खलोता रहना थम के जाली रोदे दी बाहर हंजू किरदे रे मैं अंदरों खुरदा रहना हिजरत सोच के भोरा भोरा भुरदा रहना मैं खाबा विच काबे वल्लों तैबा टुरदा रहना किन्नी देर खलोता रहना थम के जाली रोदे दी बाहर हंजू किरदे रे मैं अंदरों खुरदा रहना उसते रब सोने दी रहमत दे दरवाजे खुल दे दे जिस दी अख चो आप दी याद च लप लप अपरू डुल दे दे जाके उत्थो मुड़ भी आईए पर दिल उत्थो हिलदा नहीं मोहसिन उस गली दे दूर नजारे किसनू खुल दे शुक्रिया मोहतमा तशरीफ लाई है पहले लाहौर में मुलाकात हुई थी और कितना एक खूबसूरत और शानदार ये हम जो नात का जो मुशायरा है शायद एफएम का और पिंडी का पहला है जिसने पूरे इस रीजन को और ये आपका रीजन है ये आपने सबको जो है ये पंजाबी पंजाबी शेयर लिया और इनिशिएटिव लिया और सारे ने उसे इकट्ठा जीता और बहुत ही उमदा माशाल्लाह अल्लाह ताला मजीद तौफीक दे मैं चंद शेर हम दे पहले पेश करांगा तेरे बदला हेठ खलोवा तेरे बदला नाल मैं रोवा तेरे बदला हेठ खलोवा बदला नाल मैं रोवा इंज धोवा मैं दिल ते अखां अंदरों तेरा पावा तेरे बदला हेठ खलोवा बदला नाल मैं रोवा इंज धोवा मैं दिल ते अखां अंदरों तेरा मैं ते तेरे बुए बैठा हाथ बधाई जांदा मैं ते तेरे बुए बैठा हाथ बधाई जांदा तेरा रहम करमी मंगा अपने दिल नु टोवा तेरा रहम करमी मंगा अपने दिल नु टोवा और पैरां दे विच छाले मेरे मुंडे थके हारे पैरां दे विच छाले मेरे मुंडे थके हारे मौला आप सहारा देवे बोझ में
ਪੈਰਾਂ ਦੇ ਵਿੱਚ ਛਾਲੇ ਮੇਰੇ ਮੋਢੇ ਥੱਕੇ ਹਾਰੇ ਮੌਲਾ ਆਪ ਸਹਾਰਾ ਦੇਵੇ ਬੋਝ ਮੈਂ ਕਿਵੇਂ ਪਾਵਾਂ ਔਰ ਮੇਰੇ ਜੀਵਨ ਦੀ ਇਹ ਕਾਲਕ ਦੁੱਧ ਵਰਗੀ ਹੋ ਜਾਵੇ ਮੇਰੇ ਜੀਵਨ ਦੀ ਇਹ ਕਾਲਕ ਦੁੱਧ ਵਰਗੀ ਹੋ ਜਾਵੇ ਗਾਗਰ ਧਾਰਾ ਨਾਲ ਭਰਾ ਮੈਂ ਇਸ ਮੈਂ ਆਜ਼ਮ تیرے در تے آن کھلوتا منگتا میرے سائیں منگتا میرے طوفان آندے اگے سائیں تیری امت آئی طوفان آندے اگے سائیں تیری امت آئی بھیج سنیہا اپنا ایک اچچا میرے طوفان آدھے اگے سائیاں تیری امت آئی یہی سنیا اپنا ایک اچیچا میرے سائیاں اور کوئی بھی نہ کوجی گٹھڑی اے عملہ دی کھولے کوئی بھی نہ کوجی گٹھڑی اے عملہ دی کھولے کیڑے کم دا جو کھٹیا اے سودا میرے سائیاں کوئی بھی اے کوجی گٹھڑی اے عملاندی کھولے کیڑے کمدہ جو کھٹے آئے سودا میرے سائیاں اور سونے نام دی چھاواں دیندی چادر میں نو بخشیں سونے نام دی چھاواں دیندی چادر میں نو بخشیں توپاں والے لمحے تھلدہ پینڈا میرے سائیاں سونے نام دی چھاواں دیندی چادر میں نو بخشیں توپاں والے لمحے تھلدہ تیرے ہاتھ دی اوٹ ملے تا اس نے بجھنا نہ تیرے ہاتھ دی اوٹ ملے تا اس نے بجھنا نہ تیز ہوا دے اگے دھریا دیوا میرے تیرے ہاتھ دی اوٹ ملے تا اس نے بجھنا نہ تیز ہوا دے اگے دھریا دیوا میرے سائیاں اور پھر وکھا دے کل جہانا دے مالک دا روزا کل جہاں کل پھر وکھا دے کل جہانا دے مالک دا روزا پھر وکھا دے اپنی مسجد روزا میرے سائیاں کاسا میرے سائیاں تیرے در تے آن کھلوتا منگتا میرے سائیاں بسم اللہ الرحمن الرحیم سب سے پہلے تو میں فلائٹ ڈائریکٹر جنرل صاحب بڑا ایک مبارک دن سے آج نہ دیکھتے ہوگا رمضان کا مہینہ اور نعت کا سلسلہ جڑا ہے بہت ہی ایمان افروز ہوتا ہے اور فلائٹ کا اور ایف ایم ریڈیو کا خاص طور پہ شکریہ پنجابی ادب اور لٹریچر کا پروموشن واسطے بہت کچھ کام کر رہے ہیں اکثر سے آن کا موقع ملتا ہے اج جی رمضان کے حوالے بھی اور جس طریقے کلام سنایا گیا یوم علی کا بھی حوالہ ہے نعت کی حوالہ ہے سب چیزیں مل کے ایک بڑی بار برکت محفل بن گئی جس واسطے میں تساں کا بھی اور ناصر صاحب کا شکریہ ادا کرا گا اور دوسرے سب سٹاف کا بھی ماشاء اللہ نعت دے چل کے جی بسم اللہ زیارت کر لئی میں بھی حرم دی مدینہ ویکھ کے محسوس کیتا یہ ہو تصویر باوے ارم دی سبحان اللہ سبحان اللہ کیا کہنے کیا کہنے سبحان اللہ سبحان اللہ کیا کہنے یہ محسوس کیتا یہ ہو تصویر باوے ارم دی حضور پاک دی میں نعت لکھی واہ حضور پاک دی میں نعت لکھی تے قسمت تر گئی میرے قلم دی سبحان اللہ واقعی حضور پاک دی میں نعت لکھی قسمت تر گئی میرے قلم دی
ਨਜ਼ਰ ਰੋਜ਼ੇ ਦੀ ਜਾਲੀ ਤੇ ਜਮੀ ਹੈ ਨਜ਼ਰ ਰੋਜ਼ੇ ਦੀ ਜਾਲੀ ਤੇ ਜਮੀ ਹੈ ਨਾ ਪੁੱਛੋ ਕੈਫੀਅਤ ਅੱਖੀਆਂ ਦੇ ਨਮ ਦੀ ਪੁੱਛੋ ਕੈਫੀਅਤ ਅੱਖੀਆਂ ਦੇ ਨਮ ਦੀ ਔਰ ਮਦੀਨੇ ਵੱਲ ਸਫ਼ਰ ਜਾਰੀ ਹੈ ਮੇਰਾ ਮਦੀਨੇ ਵੱਲ ਸਫ਼ਰ ਜਾਰੀ ਹੈ ਮੇਰਾ ਬੜੀ ਕਿਸਮਤ ਮੇਰੇ ਇੱਕ ਇੱਕ ਕਦਮ ਦੀ ਬੜੀ ਕਿਸਮਤ ਮੇਰੇ ਇੱਕ ਇੱਕ ਕਦਮ ਦੀ ਜ਼ਿਆਰਤ ਕਰਨ ਲਈ ਮੈਂ ਵੀ ਹਰਮ ਦੀ ਕੋਈ ਹੱਦ ਏ ਨਬੀ ਜੀ ਦੇ ਕਦਮ ਦੀ ਕੁਛ ਹੋਰ ਚਾਹੀਏ ਜੀ ਜਿਜਵਾ ਸਾਹਿਬ ਜਿਹੜਾ ਪਟਵਾਰੀ ਟੱਚ ਵੀ ਜੀ ਜੀ ਰੋਜ਼ਾ ਏ ਖੈਰ ਉਲ ਬਸ਼ਰ ਦੇ ਸਾਹਮਣੇ ਰੋਜ਼ਾ ਏ ਖੈਰ ਉਲ ਬਸ਼ਰ ਦੇ ਸਾਹਮਣੇ ਕੀ ਦੱਸਾਂ ਦਿਲ ਦੇ ਸਾਰੇ ਜ਼ਖਮ ਮੰਗਦੇ ਨੇ ਸ਼ਿਫਾ ਦਿਲ ਦੇ ਸਾਰੇ ਜ਼ਖਮ ਮੰਗਦੇ ਨੇ ਸ਼ਿਫਾ ਆ ਗਿਆ ਵਾ ਚਾਰਾ ਘਰ ਦੇ ਸਾਹਮਣੇ ਜਾਣਦਾ ਏ ਉਹ ਮੇਰੇ ਅੰਦਰ ਦਾ ਹਾਲ ਜਾਣਦਾ ਏ ਉਹ ਮੇਰੇ ਅੰਦਰ ਦਾ ਹਾਲ ਕੀ ਕਵਾਂ ਉਸ ਬਾ ਖਬਰ ਦੇ ਸਾਹਮਣੇ ਉਸ ਬਾ ਖਬਰ ਦੇ ਸਾਹਮਣੇ ਹੋਰ ਰਸਤਾ ਕੀ ਨਜ਼ਰ ਆਵੇ ਕੋਈ ਕੋਈ ਉਹ ਰਸਤਾ ਕੀ ਨਜ਼ਰ ਆਵੇ ਕੋਈ ਇਸ ਨੂੰ ਨਵਰ ਰਹਿ ਗੁਜ਼ਰ ਦੇ ਸਾਹਮਣੇ ਸ਼ੇਰ ਬੁਲਾ ਰਹਾ ਕਰੋ ਕਿ ਕਿਸ਼ਾਵਾਂ ਦਾ ਸਫ਼ਰ ਵੀ ਕੁਝ ਨਹੀਂ ਕਿਸ਼ਾਵਾਂ ਦਾ ਸਫ਼ਰ ਵੀ ਕੁਝ ਨਹੀਂ ਕੌਣ ਹੈ ਨੋਏ ਬਸ਼ਰ ਦੇ ਸਾਹਮਣੇ ਬਸ਼ਰ ਦੇ ਸਾਹਮਣੇ ਔਰ ਹੀਰੇ ਮੋਤੀ ਕੱਖ ਬਰਾਬਰ ਵੀ ਨਹੀਂ ਅੱਜ ਸਾਰੇ ਸ਼ਹਿਰਾਂ ਦੀ ਨਜ਼ਰ ਹੀਰੇ ਮੋਤੀ ਕੱਖ ਬਰਾਬਰ ਵੀ ਨਹੀਂ ਨਾਥ ਕੋਈ ਦੇ ਹੁਨਰ ਦੇ ਸਾਹਮਣੇ ਮੋਤੀ ਨਹੀਂ ਨਾਥ ਕੋਈ ਦੇ ਹੁਨਰ ਦੇ ਸਾਹਮਣੇ ਵਕਤਾ ਪੇਸ਼ ਕਰੋ ਸਾਰੇ ਦੁੱਖ ਉਹਨਾਂ ਨੂੰ ਦੱਸਾਂਗਾ ਨਸੀਮ ਸਾਰੇ ਦੁੱਖ ਉਹਨਾਂ ਨੂੰ ਦੱਸਾਂਗਾ ਨਸੀਮ ਚੁੱਪ ਹੀ ਰਹਿੰਦਾ ਵਾ ਮੈਂ ਹਰ ਦੇ ਸਾਹਮਣੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਮੈਂ ਸਭ ਤੋਂ ਪਹਿਲਾਂ ਆਪਣੀ ਟੀਮ ਦਾ ਸ਼ੁਕਰੀਆ ਅਦਾ ਕਰਦੀ ਹਾਂ ਖਾਸ ਤੌਰ ਤੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਆਰਟ ਐਂਡ ਕਲਚਰ ਨੇ ਸ਼ਫਾਤ ਬਲੋਚ ਕਿਉਂਕਿ ਉਹਨਾਂ ਦਾ ਆਈਡੀਆ ਸੀਗਾ ਕਿ ਜੇ ਅਸੀਂ ਇੱਕ ਰੇਡੀਓ ਮੁਸ਼ਾਇਰਾ ਕਰਾਈਏ ਤਾਂ ਮੈਂ ਖਿਆਲ ਕਿ ਸਾਡੀ ਆਡੀਅੰਸ ਜ਼ਿਆਦਾ ਵਸੀ ਹੋ ਸਕਦੀ ਹੈ ਔਰ ਅਸੀਂ ਉਹਨਾਂ ਨੂੰ ਨਾਲ ਮਿਲਾ ਸਕਦੇ ਹਾਂ ਦੂਸਰਾ ਨਾਸਿਰ ਅਹਿਮਦ ਜਿਨ੍ਹਾਂ ਨੇ ਇਤਨੇ ਬੜੇ ਸ਼ੋਰਟ ਜਿਹੇ ਨੋਟਿਸ ਦੇ ਉੱਤੇ ਇਤਨੀ ਖੂਬਸੂਰਤ ਉਮਦਾ ਹੈ ਜਿਹੜੀ ਹੈ ਨਾਲ ਦੀ ਮਹਿਫਿਲ ਔਰਗਨਾਈਜ਼ ਕੀਤੀ ਔਰ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਤਸ਼ਰੀਫ ਲਿਆ ਹੈ ਔਰ ਤੁਸੀਂ ਆਪਣਾ ਇਤਨਾ ਖੂਬਸੂਰਤ ਕਲਾਮ ਜਿਹੜਾ ਹੈ ਸਾਡੇ ਨਾਲ ਔਰ ਸਾਡੇ ਸਾਮੀਨ ਦੇ ਨਾਲ ਜਿਹੜੇ ਸੁਣ ਰਹੇ ਨੇ ਇਸ ਨੂੰ FM 99.4 ਦੇ ਜਿਹੜੇ ਰੈਗੂਲਰ ਆਡੀਅੰਸ ਨੇ ਔਰ ਬਾਕੀ ਵੀ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਇਤਨਾ ਖੂਬਸੂਰਤ ਉਮਦਾ ਕਲਾਮ ਜਿਹੜਾ ਤੁਸੀਂ ਸੁਣਾਇਆ ਬੇਵਾ ਮੈਂ ਇਹ ਸੋਚ ਰਹੀ ਸੀ ਜਿਹੜੀ ਮੁਖਲਿਫ ਸਾਡੇ ਸ਼ਾਇਰਾਂ ਨੇ ਗੱਲ ਵੀ ਕੀਤੀ ਕਿ ਰਮਜ਼ਾਨ ਦਾ ਮੁਬਾਰਕ ਮਹੀਨਾ ਹੈ ਔਰ ਵਕਤ ਐਸਾ ਔਰ ਸ਼ਾਇਦ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਮਿਦਹਤ ਸਨਾਈ ਜਿਹੜੀ ਹੈ ਮਿਦਹਤ ਉਹਨਾਂ ਦੇ ਲਿਖ ਸਕਣਾ ਉਹਨਾਂ ਦੇ ਲਈ ਨਾਤ ਗੋਈ ਜਿਹੜੀ ਹੈ ਇੱਕ ਅਤਾ ਹੈ ਕਨਾਇਤ ਹੈ ਔਰ ਆਪ ਤੁਹਾਡੀ ਆਪਣੀ ਐਫਰਟ ਨਹੀਂ ਹੋ ਸਕਦੀ ਇਹ ਅਤਾ ਹੀ ਹੈ ਜਿਹੜੀ ਇੱਕ ਐਸਾ ਮੌਜੂ ਜਿਸ ਦੇ ਉੱਤੇ ਸਦੀਆਂ ਤੋਂ ਲੋਕ ਲਿਖਦੇ ਆ ਰਹੇ ਨੇ ਔਰ ਫਿਰ ਜੋ ਤੁਸੀਂ ਬੈਠ ਕੇ ਕਲਾਮ ਸੁਣੋ ਤੇ ਤੁਹਾਨੂੰ ਲੱਗੇ ਕਿ ਹਰ ਇੱਕ ਨੇ ਕਲਾਮ ਕੀਤਾ ਹਰ ਇੱਕ ਦੀ ਆਪਣੀ ਜੈਨੂਅਨ ਓਰਿਜਨਲ ਖੂਬਸੂਰਤੀ ਇਹ ਕੋਈ ਛੋਟੀ ਗੱਲ ਨਹੀਂ ਇਹ ਮੌਜਜ਼ਾ ਜਿਹੜਾ ਹੈ ਇਹ ਨਾਥ ਗੋਈ ਦਾ ਹੁਨਰ ਜਿਹੜਾ ਅਜੇ ਨਸੀਮ ਸਾਹਿਬ ਨੇ ਕਿਹਾ ਇਹ ਉਹੀ ਹੈ ਔਰ ਇੱਕ ਖਾਸ ਅਤਾ ਹੈ ਜਿਹੜੀ ਸੁਭਾਨ ਅੱਲਾਹ ਮਾਸ਼ਾ ਅੱਲਾਹ ਤੁਹਾਨੂੰ ਸਾਰਿਆਂ ਨੂੰ ਅੱਲਾਹ ਨੇ ਅਤਾ ਕੀਤੀ ਅੱਲਾਹ ਮੈਂ ਇਹਦੇ ਵਿੱਚ ਹੋਰ ਬਰਕਤ ਪਾਏ ਹੋਰ ਤੁਹਾਨੂੰ ਸਲੀਕਾ ਅਤੇ ਤਰੀਕਾ ਅਤਾ ਕਰੇ ਨਬੀ ਦੀ ਮਦਹ ਸਰਾਈ ਦਾ ਔਰ ਸਾਨੂੰ ਤੌਫੀਕ ਦੇ ਕਿ ਅਸੀਂ ਉਸਨੂੰ
इसी तरह अपने लोगों तक लेके जा सकिए और कर सकिए। पंजाब इंस्टीट्यूट फॉर लैंगुएज आर्ट एंड कल्चर जिसका हम असी अजकल जरा मुस्तकिल नाम है और पंजाब अदारा बराए जबान फन ते सकाफत है, इसका मकसद बुनियादी तौर पर पंजाब की बोलियाँ पंजाब की रहतल ते आर्टिस्ट वगैरह का उन्हों का असी ना सिर्फ है कि उन्होंने प्रिजर्व करिए बल्कि उसको शोकेस करिए उसमें लेके जाइए खसूसी तौर पर अपनी नई जनरेशन पर जेडे कि हूँ मोबाइल ते इन सारिया चीजा के इस्तेमाल के बाद साढ़े तो बहुत दूर होते जा रहे हैं अपने बुढ़ा तो दूर होते जा रहे हैं। जितनी साढ़े पंजाबी की जी जबान है उसका हर लहजा सोना हर एक अपनी खूबसूरती हर इलाके की बोली की अपनी खूबसूरती जबान की अपनी खूबसूरती है उसकी चाशनी है वो चाशनी वो शीरी और फिर उसके उत्ते है कि तुम नबी का उन्होंने नाच पढ़ रहे हो वो मेरा ख्याल है सब कुछ मिलने ला के बहुत ही सुचजी खूबसूरत शह बन गई तो अल्लाह ताला इस साड़ी एफर्ट को कबूल करे। ये साड़ी वन ऑफ द फर्स्ट एफर्ट है इंशाल्लाह ये इरादा यही है कि असी हर खिते दे आर्टिस्ट नो हर खिते दे जिहड़ा उत्थे दे लिखण वाले ने उत्थे दे जो परफॉर्म करन वाले ने उन्हां दे कोल जाके सेलीब्रेट करिए और फिर उन्हां नूं लेके असी अपने एक तरह इदारे का मकसद है बुनियादी जो जिम्मेदारी उसको पूरा करन दी एक तरीक काविश है और ऐसे इंशाल्लाह तुहाडे इश्तराक नाल तुहाडी शमूलियत नाल और मदद दे नाल असी मुस्तकिल करदे रहांगे। एक दफा फिर मैं तुहाडे सारिआं दा दी आमद दा शुक्रिया अदा करदी हां और अपनी टीम नूं शाबाश भी देनी हां और मेरे वल्लों भी थैंक यू वेरी मच।